ਸਤਿ ਸ਼੍ਰੀ ਅਕਾਲ ਦੋਸਤੋ, ਟੂਡੇ ਨਿਊਜ਼ ਲਾਈਵ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ। ਇਸ ਵੇਲੇ ਦੀ ਵੱਡੀ ਖਬਰ, ਹੋ ਜਾਵੋ ਤਿਆਰ, ਪੰਜਾਬ ਦੇ ਮੌਸਮ ਬਾਰੇ ਆਈ ਇਹ ਵੱਡੀ ਤਾਜ਼ਾ ਖਬਰ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀਡੀਓ ਬਾਰੇ ਸਾਰੀ ਇਨਫੋਰਮੇਸ਼ਨ ਮਿਲ ਸਕੇ। ਮੌਸਮ ਵਿਭਾਗ ਵੱਲੋਂ ਸਮੇਂ ਸਮੇਂ 'ਤੇ ਹੋਣ ਵਾਲੇ ਮਾਮਲੇ ਸੰਬੰਧੀ ਜਾਣਕਾਰੀ ਲੋਕਾਂ ਨੂੰ ਪਹਿਲਾਂ ਹੀ ਮੁਹੱਈਆ ਕਰਵਾਈ ਦਿੱਤੀ ਜਾਂਦੀ ਹੈ। ਪੰਜਾਬ ਦੇ ਮੌਸਮ ਬਾਰੇ ਹੁਣ ਵੱਡੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਪਿਛਲੇ ਕੁਝ ਦਿਨਾਂ ਤੋਂ ਪੰਜਾਬ ਵਿੱਚ ਹੋਣ ਵਾਲੀ ਬਰਸਾਤ ਕਾਰਨ ਬਾਰੇ ਵਿੱਚ ਕਾਫ਼ੀ ਰੁਕਾਵਟ ਦਰਜ ਕੀਤੀ ਗਈ ਹੈ। ਉੱਥੇ ਹੀ ਮੌਸਮ ਹੁਣ ਪਹਿਲਾਂ ਆਉਣ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲ ਰਹੀ ਹੈ। 10 ਜੂਨ ਨੂੰ ਖਾੜੀ ਬੰਗਾਲ ਵਿੱਚ ਮੌਸਮੀ ਸਿਸਟਮ ਬਣਨ ਜਾ ਰਿਹਾ ਹੈ, ਜਿਸ ਦੇ ਚੱਲਦੇ ਹੋਏ ਸਾਰੇ ਦੇਸ਼ ਅੰਦਰ ਮੌਸਮ ਦੀ ਰਫ਼ਤਾਰ ਤੇਜ਼ ਹੋਣ ਦੀ ਉਮੀਦ ਹੈ। ਜੂਨ 11 ਤੋਂ ਪੰਜਾਬ ਸੂਬੇ ਦੇ ਉੱਤਰ ਭਾਰਤ ਵਿੱਚ ਮੌਸਮੀ ਬਰਸਾਤ ਹਨੇਰੀ ਤੂਫਾਨ ਨਾਲ ਤੇਜ਼ੀ ਫੜਨ ਦੀ ਉਮੀਦ ਵੀ ਹੈ। ਪਿਛਲੇ ਦਿਨੀ ਹੋਈਆਂ ਬਰਸਾਤਾਂ ਕਾਰਨ ਪੰਜਾਬ ਦੇ ਬਠਿੰਡਾ ਵਿੱਚ ਪਾਰਾ ਇਸ ਸਮੇਂ 40 ਡਿਗਰੀ ਦੇ ਨਜ਼ਦੀਕ ਜਾ ਰਿਹਾ ਹੈ। ਉੱਥੇ ਪੂਰਬੀ ਜ਼ਿਲ੍ਹਿਆਂ ਵਿੱਚ ਜ਼ਮੀਨੀ ਨਮੀ ਦੇ ਵਧੇਰੇ ਕਾਰਨ ਪਾਰਾ 34 ਤੋਂ 35 ਡਿਗਰੀ ਦੇ ਕਰੀਬ ਦਰਜ ਕੀਤਾ ਗਿਆ ਹੈ। ਉੱਥੇ ਹੀ ਵਾਤਾਵਰਨ ਵਿੱਚ ਮੌਜੂਦ ਨਮੀ ਕਾਰਨ ਟੁੱਟਵੀਂ ਹਲਚਲ ਤੋਂ ਬਿਆਨ ਕਾਰਨ ਹੀ ਕੀਤੀ ਜਾ ਸਕਦੀ। ਆਗਮੀ 3-4 ਦਿਨ ਤੋਂ ਪੂਰਬੀ ਜ਼ਿਲ੍ਹਿਆਂ ਵਿੱਚ ਪਾਰਾ 40 ਪਾਰ ਕਰਨ ਲਈ ਤਿਆਰ ਹੈ। 2 ਜੂਨ ਤੋਂ ਪੰਜਾਬ ਵਿੱਚ ਅਰਬ ਸਾਗਰ ਦੀ ਸਾਖਾ ਵਿੱਚ ਨਵੀਂ ਪੁੰਜਣੀ ਸ਼ੁਰੂ ਹੋ ਚੁੱਕੀ ਹੈ, ਜਿਸ ਕਾਰਨ ਜੇਠ ਮਹੀਨੇ ਦੀਆਂ ਗਰਮ ਦੁਪਹਿਰ ਦੀ ਜਗ੍ਹਾ ਹੁਣ ਸ਼ੀਤਲ ਅਤੇ ਠੰਡਕ ਵਾਲੇ ਦਿਨ ਦੇਖੇ ਜਾ ਰਹੇ ਹਨ। ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਫਿਰ ਤੋਂ ਮੌਸਮ ਵਿੱਚ ਤਬਦੀਲੀ ਦੇਖੀ ਜਾਵੇਗੀ, ਜਿਸ ਦਾ ਅਸਰ ਸੂਬੇ ਦੇ